ਅਹਿਮਦਗੜ੍ਹ ਮੰਡੀ ਦੇ ਵਿੱਚ ਭਾਰਤ ਬੰਦ ਦੇ ਸੱਦੇ ਦਾ ਕੋਈ ਅਸਰ ਨਹੀਂ, ਬਾਜ਼ਾਰ ਆਮ ਦਿਨਾਂ ਦੇ ਵਾਂਗ ਹੀ ਖੁੱਲ੍ਹੇ ਰਹੇ। ਅੱਜ ਕਾਂਗਰਸ ਅਤੇ ਹੋਰ ਪਾਰਟੀਆਂ ਵੱਲੋਂ ਭਾਰਤ ਬੰਦ ਦਾ ਸੱਦਾ ਪੈਟਰੋਲ ਅਤੇ ਡੀਜ਼ਲ ਦੀਆਂ ਵੱਧ ਰਹੀਆਂ ਕੀਮਤਾਂ ਦੇ ਵਿਰੋਧ ਦੇ ਵਿੱਚ ਕੀਤਾ ਗਿਆ ਸੀ, ਪਰ ਅਹਿਮਦਗੜ੍ਹ ਦੇ ਵਿੱਚ ਇਹ ਬੰਦ ਪੂਰੀ ਤਰ੍ਹਾਂ ਨਕਾਰਿਆ ਗਿਆ ਅਤੇ ਆਮ ਦਿਨਾਂ ਦੇ ਵਾਂਗ ਸਾਰੀਆਂ ਦੁਕਾਨਾਂ ਖੁੱਲ੍ਹੀਆਂ ਰਹੀਆਂ। ਕਾਂਗਰਸ ਪਾਰਟੀ ਦੇ ਵਰਕਰਾਂ ਨੇ ਅੱਜ ਨਗਰ ਕੌਂਸਲ ਤੋਂ ਲੈ ਕੇ ਗੁਰਦੁਆਰਾ ਚੌਂਕ ਤੱਕ ਰੋਸ ਮੁਜ਼ਾਹਰਾ ਕੀਤਾ ਅਤੇ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਜੋ ਦਿਨ ਬਾ ਦਿਨ ਵੱਧ ਰਹੀਆਂ ਹਨ ਉਹਨਾਂ ਦੇ ਖਿਲਾਫ਼ ਰੋਸ ਜਤਾਇਆ। ਬੰਦ ਦੇ ਦੌਰਾਨ ਹੋਈ ਰੈਲੀ ਦੇ ਵਿੱਚ ਵੱਖ ਵੱਖ ਲੀਡਰਾਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਡੇ ਨਾਲ ਦੇ ਦੇਸ਼ ਸ੍ਰੀ ਲੰਕਾ ਦੇ ਵਿੱਚ, ਜਿਸ ਨੂੰ ਕਿ ਬੀਜੇਪੀ ਵਾਲੇ ਰਾਵਣ ਦਾ ਦੇਸ਼ ਕਹਿੰਦੇ ਹਨ, ਉੱਥੇ ਪੈਟਰੋਲ ਦੀ ਕੀਮਤ 55 ਰੁਪਏ ਲੀਟਰ ਹੈ ਅਤੇ ਭਾਰਤ ਜੋ ਕਿ ਰਾਮ ਦਾ ਦੇਸ਼ ਹੈ ਅਤੇ ਬੀਜੇਪੀ ਵਾਲੇ ਰਾਮ ਭਗਤ ਹੋਣ ਦਾ ਦਾਅਵਾ ਵੀ ਕਰਦੇ ਹਨ, ਇੱਥੇ ਪੈਟਰੋਲ 80 ਰੁਪਏ ਤੋਂ ਵੱਧ ਅਤੇ ਡੀਜ਼ਲ 72 ਰੁਪਏ ਦੇ ਕਰੀਬ ਹੈ। ਜੇ ਮੋਦੀ ਸਰਕਾਰ ਸੱਚੀ ਰਾਮ ਭਗਤ ਹੈ ਤਾਂ ਸਾਡੇ ਦੇਸ਼ ਦੇ ਵਿੱਚ ਵੀ ਕੀਮਤ ਸ਼੍ਰੀ ਲੰਕਾ ਦੇ ਬਰਾਬਰ ਹੋਣੀ ਚਾਹੀਦੀ ਹੈ। ਅਹਿਮਦਗੜ੍ਹ ਮੰਡੀ ਤੋਂ ਅਜੇ ਮਲਹੋਤਰਾ, ਆਜ਼ਾਦ ਟੀਵੀ ਨਿਊਜ਼। ਦੇ ਵਿਰੁੱਧ ਇਹ ਮੈਂ ਕਹਿਣਾ ਚਾਹੁੰਦਾ ਵੀ ਜਿਹੜਾ ਪੈਟਰੋਲ ਅਤੇ ਡੀਜ਼ਲ ਆ ਇਹਨੂੰ GST ਦੇ ਵਿੱਚ ਲਿਆਂਦਾ ਜਾਵੇ। ਅਗਰ ਪੈਟਰੋਲ GST ਦੇ ਵਿੱਚ ਲੈ ਆਈ ਗੌਰਮੈਂਟ ਤਾਂ ਆਟੋਮੈਟਿਕ ਹੀ ਸਸਤਾ ਹੋ ਜਾਣਾ, ਕਿਉਂਕਿ ਇਹਦੇ 'ਤੇ GST ਨਹੀਂ ਲੱਗ ਰਿਹਾ। ਸਾਨੂੰ ਮੋਦੀ ਸਰਕਾਰ ਇਹ ਦੱਸਣਾ ਚਾਹਵੇ ਵੀ ਹਰ ਇੱਕ 'ਤੇ ਤਾਂ ਤੁਸੀਂ GST ਲਗਾ ਦਿੱਤਾ, ਪੈਟਰੋਲ ਡੀਜ਼ਲ 'ਤੇ GST ਕਿਉਂ ਨਹੀਂ ਲਗਾਇਆ? ਅਹਿਮਦਗੜ੍ਹ ਦਾ ਬਾਜ਼ਾਰ ਬੰਦ ਕਰਨ ਨੂੰ ਹਾਈਕਮਾਂਡ ਦਾ ਆਰਡਰ ਸੀ, ਪਰ ਅਹਿਮਦਗੜ੍ਹ ਦਾ ਬਾਜ਼ਾਰ ਵਿੱਚ ਬੰਦ ਆ ਜੀ, ਵਿੱਚ ਖੁੱਲ੍ਹਿਆ। ਤੇਲ ਸਾਡੇ ਸਮਾਜ ਦੀ ਰੀੜ੍ਹ ਦੀ ਹੱਡੀ ਆ, ਇਹਦੇ ਨਾਲ ਲੋਕਾਂ ਨੇ ਆਪਣੇ ਕਾਰੋਬਾਰ ਸੀਮਿਤ ਕਰ ਲਏ, ਆਉਣਾ ਜਾਣਾ ਘਟਾ ਤਾ, ਬਿਮਾਰ ਜਿਹੜੇ ਲੋਕ ਨੇ, ਦਵਾਈਆਂ ਮਹਿੰਗੀਆਂ ਹੋ ਗਈਆਂ, ਇੰਸਟੀਟਿਊਟ ਮਹਿੰਗੇ ਹੋ ਗਏ, ਭਾੜੇ ਸਕੂਲਾਂ ਦੀਆਂ ਬੱਸਾਂ ਨੇ ਵਧਾ ਤੇ, ਹਸਪਤਾਲਾਂ ਨੇ ਆਪਦੇ ਇੰਸਟੀਟਿਊਟ ਮਹਿੰਗੇ ਕਰਤੇ, ਜਿਹੜੀ ਜ਼ਿੰਦਗੀ ਆ ਉਹ ਬਹੁਤ ਜ਼ਿਆਦਾ ਗੁੰਝਲਦਾਰ ਹੋ ਗਈ, ਕਿਉਂਕਿ ਜ਼ਿਮੀਂਦਾਰ ਭਰਾਵਾਂ ਨੂੰ ਪੈਟਰੋਲ ਵੱਧ ਫੂਕਣਾ, ਡੀਜ਼ਲ ਵੱਧ ਫੂਕਣਾ ਪੈਂਦਾ, ਉਹਨਾਂ ਦੀਆਂ ਫਸਲਾਂ ਮਹਿੰਗੀਆਂ ਹੋ ਗਈਆਂ। ਇਹ ਦੇਸ਼ ਦੀ ਰੀੜ੍ਹ ਦੀ ਹੱਡੀ ਨੂੰ ਤੋੜਨ ਵਾਲੀ ਗੱਲ ਹੋਈ ਆ, ਜਿਹੜਾ ਇੰਨਾ ਮਹਿੰਗਾ ਪੈਟਰੋਲੀਅਮ ਪਦਾਰਥ ਵਿਕ ਰਹੇ ਨੇ। ਅਸੀਂ ਮੰਗ ਕਰਦੇ ਹਾਂ ਵੀ ਜਦੋਂ ਪੈਟਰੋਲ ਜਿਹੜਾ ਵਾ ਇੰਟਰਨੈਸ਼ਨਲ ਮਾਰਕੀਟ ਦੇ ਹਿਸਾਬ ਨਾਲ ਹੀ ਇਹਨੂੰ ਵੇਚਣਾ ਚਾਹੀਦਾ, ਟੈਕਸ ਰਹਿਤ ਵੇਚਣਾ ਚਾਹੀਦਾ। ਜਿਸ ਤਰ੍ਹਾਂ ਰਾਵਣ ਦੀ ਧਰਤੀ ਆ ਸ਼੍ਰੀਲੰਕਾ ਨੂੰ ਕਹਿੰਦੇ ਅਸੀਂ, ਉੱਥੇ 45 ਰੁਪਏ ਪੈਟਰੋਲ ਵਿਕ ਰਿਹਾ ਵਾ, ਅਤੇ ਇਹ ਸਾਡੀ ਭਗਵਾਨ ਰਾਮ ਦੀ ਧਰਤੀ ਆ। ਇੱਥੇ ਇਹ ਭਾਰਤੀ ਜਨਤਾ ਪਾਰਟੀ ਵਾਲੇ ਕਹਿੰਦੇ ਵੀ ਅਸੀਂ ਭਗਵਾਨ ਰਾਮ ਨੂੰ ਬਹੁਤ ਜ਼ਿਆਦਾ ਵੱਡਾ ਮੰਨਦੇ ਹਾਂ, ਉੱਥੇ ਇਹ 90 ਰੁਪਏ ਵੇਚਦੇ ਰਹੇ ਨੇ, ਦੁੱਗਣਾ ਵੇਚ ਰਹੇ ਨੇ ਰਾਵਣ ਦੀ ਧਰਤੀ ਤੋਂ। ਇਹ ਧੱਕਾ ਵਾ, ਸਾਡਾ ਪੈਟਰੋਲ ਆ ਜਿਹੜਾ ਇਹ ਰਾਵਣ ਦੀ ਧਰਤੀ 'ਚ ਨਹੀਂ ਕਰਦੇ। ਅਸੀਂ ਮੰਗ ਕਰਦੇ ਹਾਂ ਵੀ ਇਹਨੂੰ 50 ਰੁਪਏ ਤੋਂ ਥੱਲੇ ਲਿਆਂਦਾ ਜਾਵੇ।